ਬਦਤਮੀਜ਼ੀ ਕੀਤੀ ਕਰਨ ਤੋਂ ਉੱਪਰ ਟੱਪ ਗਏ ਕਿ ਉਹਨੂੰ ਪਤਾ ਨਹੀਂ ਕਿਹਦਾ ਬਾਬਾ ਕਿਹਦਾ ਆ ਗਿਆ ਮੈਂ ਬਾਬਾ ਨਹੀਂ ਮੈਂ ਜੇਹੀ ਰਿਟਾਇਰ ਹੈਗਾ ਪਾਣੀ ਦੀ ਗੱਲ ਹੈ ਜੀ ਅੱਜ 15 ਦਿਨ ਹੋ ਗਏ ਸਿੱਤੋ ਰੋਡ ਤੇ SBS ਨਗਰ ਗੁਰਦਿਆਲ ਨਗਰੀ ਮਾਡਲ ਟਾਊਨ ਦੇ ਵਿੱਚ ਇੱਕ ਪਾਣੀ ਦੀ ਬੂੰਦ ਤੱਕ ਨਹੀਂ ਗਈ ਹੈਗੀ ਆ ਔਰ ਸਾਡੇ ਬੱਚੇ ਨਾਵਲ ਡੋਲ ਤੋਂ ਬਰੱਸ਼ਾਂ ਜਾਣ ਤੋਂ ਇੰਨੇ ਕੁ ਤੰਗ ਹੈਗੇ ਆ ਜਿਹਦਾ ਕੋਈ ਹੱਦ ਨਹੀਂ ਹੈਗਾ ਇਹ ਤੁਹਾਨੂੰ ਕਿੰਨੇ ਜਦ ਤੋਂ ਮੁਸ਼ਕਿਲ ਆ ਰਹੀ ਹੈ ਇਹ ਸਾਨੂੰ ਅੱਜ 15 ਦਿਨ ਹੋ ਗਏ ਜੀ ਜੇ ਪਾਣੀ ਜਾਂਦਾ ਹੈ ਤਾਂ ਵੱਧ ਸੀਵਰ ਦਾ ਬੁਰਾ ਪਾਣੀ ਗੰਦਾ ਜਾਂਦਾ ਸਾਡੇ ਵੀ ਨਹੀਂ ਮਿਲਦਾ ਉਹ ਵੀ ਨਹੀਂ ਮਿਲਦਾ ਸਾਨੂੰ ਤੁਸੀਂ ITO ਸਾਹਿਬ ਨੂੰ ਕਿਹਾ ਜੀ ਨੂੰ ਕਿਹਾ ਜੀ ਅੱਜ ਜੀ ਅੱਜ ਐਸਐਸ ਦਾ ਨੰਬਰ ਹੀ ਦਿੰਦੇ ਇਹ ਇਹਨੇ ਦੱਸ ਦਿੱਤਾ ਅਸੀਂ ਗਏ ਆ ਜੀ ਅੱਜ SDO ਸਾਹਿਬ ਦਾ ਜਿਹੜਾ ਫੋਨ ਸਵਿਚ ਆਫ ਆ ਰਿਹਾ ਹੈਗਾ ਜਿਹੜਾ ਜਈ ਹੈ ਓਮ ਪ੍ਰਕਾਸ਼ ਉਹਦਾ ਸਾਡੀ ਗੱਲਬਾਤ ਹੋ ਚੁੱਕੀ ਹੈਗੀ ਆ ਉਹ ਕਿਤੇ ਪਾਣੀ ਇੱਕ ਅੱਧੇ ਦਿਨ ਵਿੱਚ ਤੁਹਾਡੀ ਸਪਲਾਈ ਛੱਡਾਂਗੇ ਪਾਈਪ ਟੁੱਟੀ ਕਰ ਉਹਨੇ ਸਹੀ ਬੋਲਿਆ ਸਾਨੂੰ ਲੇਕਿਨ ਉੱਥੇ ਕਲਰਕ ਬੈਠਾ ਹੈਗਾ ਇੱਕ ਦਫ਼ਤਰ ਦੇ ਵਿੱਚ ਉਹਨੇ ਆਪਦਾ ਨਾਂ ਤੱਕ ਨਹੀਂ ਦੱਸਿਆ ਬਾਹਰੋਂ ਅਸੀਂ ਪੁੱਛਿਆ ਤੋਂ ਲਾਡੀ ਨਾਂ ਤੋਂ ਕਹਿੰਦਾ ਲਾਡੀ ਹੈਗਾ ਉਹ ਸਾਡੇ ਗੱਲ ਪੈ ਗਿਆ ਕਹਿੰਦੇ ਜੀ ਮੇਰੇ ਕੋਲ ਐਕਸਲ ਦਾ ਨੰਬਰ ਨਹੀਂ ਹੈਗਾ ਤੁਹਾਨੂੰ ਗਲਤ ਸਲੂਕ ਕੀਤਾ ਨੇ ਗਲਤ ਸਲੂਕ ਕੀਤਾ ਔਰ ਬਹੁਤ ਮਾੜਾ ਬੋਲਿਆ ਗਿਆ ਬਦਤਮੀਜ਼ੀ ਕੀਤੀ ਤੁਹਾਡੇ ਨਾਲ ਬਦਤਮੀਜ਼ੀ ਕਰਨ ਤੋਂ ਉੱਪਰ ਟੱਪ ਗਏ ਕਿ ਇੱਕ ਕਲਰਕ ਹੋਵੇ ਇੱਕ ਕਲਰਕ ਹੋਵੇ ਪੱਕੇ ਤੌਰ 'ਤੇ ਨੌਕਰੀ ਕਰਦਾ ਉਸ ਨੂੰ ਇੱਕ ਐਕਸਲ ਦਾ ਨੰਬਰ ਨਾ ਪਤਾ ਹੋਵੇ ਬਾਹਰ ਪੀਅਨ ਬੈਠੇ ਸੀ ਉਹਨਾਂ ਨੇ ਸਾਨੂੰ ਐਕਸਲ ਦਾ ਨੰਬਰ ਦੇ ਤਾ ਲੇਕਿਨ ਇਸ ਬੰਦੇ ਨੇ ਸਾਨੂੰ ਨੰਬਰ ਦੇਣ ਤੋਂ ਇਨਕਾਰ ਕਰਤਾ ਇਸ ਦੇ ਵਿਰੁੱਧ ਪੂਰੀ ਕਾਰਵਾਈ ਹੋਣੀ ਚਾਹੀਦੀ ਕਲਰਕ ਦੇ ਵਿਰੁੱਧ ਮਿਸਬਿਹੇਵ ਕੀਤਾ ਕਿ ਮੈਂ ਜੇਈ ਰਿਟਾਇਰ ਹੈਗਾ ਸਿਵਲ ਕਾਰਪੋਰੇਸ਼ਨ ਤੋਂ ਔਰ ਉਹਨੂੰ ਪਤਾ ਨਹੀਂ ਉਹਨੇ ਮਿਸਬਿਹੇਵ ਕੀਤਾ ਸਾਡੇ ਦੋਵੇਂ ਇਹ ਸਰਕਲ ਕੱਲ੍ਹ ਨੂੰ ਕੋਈ ਰਿਟਾਇਰਡ ਹੈਗੇ ਨੇ ਉਹਨੂੰ ਪਤਾ ਵੀ ਕਿਹਦਾ ਬਾਬਾ ਕਿਹਦਾ ਆ ਗਿਆ ਮੈਂ ਬਾਬਾ ਨਹੀਂ ਮੈਂ ਜੇਈ ਰਿਟਾਇਰ ਹੈਗਾ ਸਰ ਤੁਹਾਡਾ ਨਾਮ ਸਰ ਤੁਹਾਡਾ ਨਾਮ ਮਿਲਖਰਾਜ ਕੰਬੋਜ ਸਿੱਤੋ ਰੋਡ SBS ਨਗਰ ਗਲੀ ਨੰਬਰ 2 ਤੋਂ ਮੈਂ ਆਪਣੀ ਰਿਹਾਇਸ਼ ਮੇਰੀ ਪੱਕੀ ਹੈਗੀ ਸਰ ਇਹ ਮੁਸ਼ਕਿਲ ਆਈ ਹੈ ਜੀ ਰੋਡ ਨੂੰ ਬੰਦੇ 2.5 ਮਹੀਨੇ ਹੋ ਗਏ ਜੀ ਜਿਹੜਾ ਕੰਮ ਸੀ 10 ਦਿਨਾਂ ਦਾ ਕੰਮ ਸੀਗਾ 2.5 ਮਹੀਨੇ ਹੋ ਗਏ ਕਹਿੰਦੇ ਕਹਿੰਦਾ ਸੀਵਰ ਟੁੱਟ ਗਿਆ ਕਹਿੰਦੇ ਕਹਿੰਦੇ ਰਾਹ ਟੁੱਟ ਗਿਆ ਕਹਿੰਦੇ ਪਾਣੀ ਬਲੋਅ ਹੋ ਗਿਆ ਰਾਤੀ ਸਵੇਰੇ ਪਾਣੀ ਕੱਢਦੇ ਰਾਤੀ ਪਾਣੀ ਫਿਰ ਭਰੀ ਜਾਂਦਾ ਕੰਮ ਕਰਦੇ ਨਹੀਂ ਪਾਣੀ ਕੱਢਣ ਤੋਂ ਬਾਅਦ ਵੀ ਕੰਮ ਨਹੀਂ ਕਰਦੇ ਕਹਿੰਦੇ ਸਵੇਰੇ ਕਰਾਂਗੇ ਸਵੇਰੇ ਆਉਂਦੇ ਫਿਰ ਪਾਣੀ ਭਰਿਆ ਪਾਉਂਦੇ ਸਾਡੀ ਦੁਕਾਨ ਦੀ ਬਣੀ ਨਹੀਂ ਸਾਡੀ ਦੁਕਾਨ ਬਣੀ ਨੂੰ 3 ਮਹੀਨੇ ਹੋ ਗਏ ਜੀ ਅਸੀਂ ਦੁਕਾਨ ਦੀ ਓਪਨਿੰਗ ਕਰਨੀ ਸੀ ਦੁਕਾਨ ਸਾਡੀ ਓਪਨਿੰਗ ਨਹੀਂ ਹੋ ਰਹੀ ਜੀ ਅਸੀਂ ਵੈਸੇ ਹੀ ਬੈਠੇ ਗਏ ਜੀ ਹੁਣ ਕਹਿੰਦੇ ਪਾਈਪ ਲਾਈਨ ਟੁੱਟ ਗਈ ਕਹਿੰਦੇ ਵਾਟਰ ਪਾਈਪ ਟੁੱਟ ਗਈ ਹੈ ਹੁਣ ਵਾਟਰ ਪਾਈਪ ਚੱਲ ਨਹੀਂ ਕਰ ਰਹੀ ਜੀ ਉਹ ਆਹ ਪ੍ਰੋਬਲਮਾਂ ਸਾਰੀ ਆ ਰਹੀਆਂ ਜੀ ਪ੍ਰਸ਼ਾਸਨ ਦੀ ਗੱਲ ਪ੍ਰਸ਼ਾਸਨ ਅਸੀਂ ਸ਼ਿਕਾਇਤ ਵੀ ਕਰ ਚੁੱਕੇ ਜੀ ਮੈਡਮ ਐਸਡੀਐਮ ਨੂੰ ਮਿਲ ਕੇ ਆ ਸਕੇ ਆ ਉਹ ਕਹਿੰਦੇ ਸਹੀ ਕਰਨੇ ਆ ਕੱਲ੍ਹ ਐਫੀਸ਼ੀਅਲ ਲਿਖਾਈ ਹੈ ਸਾਰੇ ਸਾਈਨ ਕਰਵਾਏ ਇਸ ਚੋਣ ਦੇਣੀ ਸੀ ਦਿੱਤੀ ਦਿੱਤੀ ਪਤਾ ਨਹੀਂ ਬੰਦੇ ਨਾਲ ਦੇ ਭੇਜ ਗਏ ਸੀਗੇ ਅਤੇ ਇਸ ਵਾਸਤੇ ਸੁਣਵਾਈ ਕੀਤੀ ਜਾਵੇ ਕੰਮ ਤੋਂ ਜਲਦੀ ਜਲਦੀ ਕੰਮ ਕਰਵਾਇਆ ਜਾਵੇ ਸਾਡਾ ਕੰਮ ਬਹੁਤ ਜਲਦੀ ਹੋਣਾ ਚਾਹੀਦਾ ਜੀ ਬਹੁਤ ਟਾਈਮ ਹੋ ਗਿਆ ਜੀ ਬਹੁਤ ਮੁਸ਼ਕਲ ਆ ਰਹੀ ਹੈ ਗਵਰਨਮੈਂਟ ਸਾਹਿਬ ਮੁਸ਼ਕਲ ਆ ਰਹੀ ਹੈ ਤੁਹਾਨੂੰ ਇਹਦੇ ਨਾਲ ਕਿੰਨਾ ਨੁਕਸਾਨ ਹੋ ਰਿਹਾ ਜੀ ਤੁਹਾਡੇ ਬਹੁਤ ਨੁਕਸਾਨ ਹੈ ਦੁਕਾਨ ਦੇ ਕੰਮ ਹੀ ਚੱਲ ਰਿਹਾ ਕੋਈ ਵਹੀਕਲ ਨਹੀਂ ਆ ਰਿਹਾ ਗੱਡੀ ਨਹੀਂ ਕੋਈ ਆ ਰਹੀ ਕੁਛ ਨਹੀਂ ਆ ਰਿਹਾ ਜੀ ਬਹੁਤ ਬੁਰਾ ਸਾਡਾ ਹੈਗਾ ਜੀ ਕੰਮ ਦੀ ਬਹੁਤ ਪ੍ਰੋਬਲਮ ਸਾਨੂੰ ਹੈਗੀ ਜੀ ਸਵੇਰੇ ਦੁਕਾਨ ਖੋਲ੍ਹਦੇ ਸ਼ਾਮ ਬਹਿ ਕੇ ਚਲੇ ਜਾਂਦੇ ਅਸੀਂ ਤਾਂ ਧੰਨਵਾਦ ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ 1 ਘੰਟੇ ਦੇ ਵਿੱਚ ਹੱਲ ਵਸ਼ੀਕਰਨ ਮਾਹਿਰ ਪਤੀ ਪਤਨੀ ਦੇ ਵਿੱਚ ਅਣਬਣ ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ ਵਿਆਹ ਦੇ ਵਿੱਚ ਦੇਰੀ ਪਿਆਰ ਵਿਆਹ ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ ਤੁਰੰਤ ਮਿਲੋ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ ਹਰ ਸਮੱਸਿਆ ਦਾ ਹੱਲ 101% ਗਰੰਟੀ ਦੇ ਨਾਲ ਕਰਾਂਗੇ ਕਾਲੇ ਇਲਮ ਦਾ ਸਮਾਧਾਨ ਗਰੰਟੀ ਦੇ ਨਾਲ ਕਰਾਓ ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ ਸੰਪਰਕ ਕਰੋ 97817 71820